ਸਸੀ ਗੱਲ ਦੀ ਸਾਰਿਆਂ ਨੂੰ ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਪੁੱਲਰ ਤੇ ਮੈਂ ਪੰਜਾਬ ਪੁਲਿਸ ਵਿੱਚ ਚਾਹੇ ਸਬ ਇੰਸਪੈਕਟਰ ਪੋਸਟਡ ਆ ਇਸ ਚੈਨਲ ਦੇ ਥਰੂ ਮੈਂ ਲਾਸਟ 2-2.5 ਸਾਲਾਂ ਤੋਂ ਪੰਜਾਬ ਦਾ ਜਿਹੜਾ ਯੂਥ ਹੈ ਜਿਹੜੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਦੇ ਸੀਗੇ ਜਾਂ ਕਰ ਰਹੇ ਆ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਕੋਈ ਵੀ ਕੰਪੀਟੀਟਿਵ ਐਗਜ਼ਾਮ ਉਹ ਕਲੀਅਰ ਕਰ ਸਕਣ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਸੀ ਇਸ ਟਾਈਮ ਦੇ ਦੌਰਾਨ ਤੇ ਉਹਨਾਂ ਦੇ ਐਗਜ਼ਾਮ ਕੋਈ ਕਲੀਅਰ ਹੋ ਗਏ ਤੇ ਜੌਬ ਜੇ ਕਿਸੇ ਨੂੰ ਮਿਲ ਗਈ ਆ ਤਾਂ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣੇ ਚਾਹਨਾ ਇਸ ਤੋਂ ਬਾਅਦ ਜਿਵੇਂ ਹੁਣ ਤੁਹਾਨੂੰ ਪਤਾ ਹੋਊਗਾ ਜੇ ਕੋਈ ਅਖਬਾਰ ਪੜਦਾ ਜਾਂ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਗਵਰਨਮੈਂਟ ਆਫ ਪੰਜਾਬ ਨੂੰ ਫੋਲੋ ਕਰਦਾ ਤਾਂ ਪੰਜਾਬ ਕੈਬਨਿਟ ਦੇ ਵਿੱਚ ਇਸ ਵਾਰ ਫੈਸਲੇ ਲਏ ਗਏ ਆ ਰਿਕਰੂਟਮੈਂਟ ਨੂੰ ਲੈ ਕੇ ਪਟਵਾਰੀ ਦੀ ਰਿਕਰੂਟਮੈਂਟ ਤੇ ਪੰਜਾਬ ਪੁਲਿਸ ਰਿਕਰੂਟਮੈਂਟ ਨੂੰ ਲੈ ਕੇ ਬਹੁਤ ਵਧੀਆ ਨਵੇਂ ਫੈਸਲੇ ਲਏ ਗਏ ਆ ਉਹਦੇ ਵਿੱਚ ਇਹ ਆ ਵੀ ਹਰੇਕ ਸਾਲ ਜਿਹੜੀ ਹੁਣ ਨਵੀਂ ਭਰਤੀ ਆਇਆ ਕਰੂਗੀ ਬਹੁਤ ਹੀ ਵਧੀਆ ਸਟੈਪ ਚੱਕਿਆ ਗਿਆ ਗਵਰਨਮੈਂਟ ਵੱਲੋਂ ਕਿਉਂਕਿ ਤੇ ਦੋ ਅਸੀਂ ਵੀ ਤਿਆਰੀ ਕਰਦੇ ਸੀ ਅਸੀਂ ਅਕਸਰ ਸੋਚਦੇ ਹੁੰਦੇ ਸੀ ਕਿ ਵੀ ਭਰਤੀ ਜਿਹੜੀ ਆ ਉਹ ਜਿਵੇਂ ਖਾਸ ਕਰਕੇ ਪੰਜਾਬ ਪੁਲਿਸ ਦੀ ਹਰ ਹਰ ਸਾਲ ਹੋਣੀ ਹੁੰਦੀ ਕਿਉਂਕਿ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆਉ ਚਾਹਵਨ ਹੁੰਦੇ ਆ ਪੰਜਾਬ ਪੁਲਿਸ ਦਾ ਇਗਜ਼ਾਮ ਦੇਣ ਲਈ ਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਤਾਂ ਹੁਣ ਤੁਹਾਡੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਵੀ ਹਰ ਸਾਲ ਸਰਕਾਰ ਨੇ ਕਿਹਾ ਵੀ ਇਗਜ਼ਾਮ ਹੋਇਆ ਕਰਨਗੇ ਤੇ ਜਿਵੇਂ ਕਿ ਯੂਪੀਐਸਸੀ ਆ ਫਿਰ ਐਸਐਸਸੀ ਦਾ ਪੈਟਰਨ ਹੁੰਦਾ ਆ ਆਲਰੇਡੀ ਪਹਿਲਾਂ ਹੀ ਦੱਸ ਦਿੰਦੇ ਆ ਵੀ ਕਿਹੜੇ ਮੰਥ ਵਿੱਚ ਇਗਜ਼ਾਮ ਹੋਊਗਾ ਕਿਹੜੇ ਮੰਥ ਵਿੱਚ ਅ ਬਾਕੀ ਚੀਜ਼ਾਂ ਆਉਣੀਆਂ ਮੈਂ ਪੰਜਾਬ ਪੁਲਿਸ ਨੇ ਵੀ ਇਦਾਂ ਐਗਜ਼ਾਮ ਕਦੋਂ ਲੈਣਾ ਹੋਰੀ ਚੀਜ਼ ਵੀ ਦੱਸਤੀ ਹੈ ਵੀ ਐਗਜ਼ਾਮ ਜਿਹੜਾ ਉਹ ਟੈਂਟੇਟਿਵ ਡੇਟਸ ਦੱਸੀਆਂ ਆਆਂ ਵੀ ਜੂਨ ਦੇ ਮਹੀਨੇ ਵਿੱਚ ਐਗਜ਼ਾਮ ਹੋਣਗੇ ਤੇ ਸਤੰਬਰ ਦੇ ਮਹੀਨੇ ਵਿੱਚ ਕਨਸਟੇਬਲ ਤੇ ਸਬ ਇੰਸਪੈਕਟਰ ਤੇ ਫਿਜ਼ੀਕਲ ਟ੍ਰਾਇਲਸ ਹੋਣਗੇ ਤੇ 10ਵੇਂ ਮਹੀਨੇ ਚ ਤੁਹਾਡੇ ਜਿਹੜੇ ਸਾਰਾ ਜਿਹੜਾ ਪ੍ਰੋਸੀਜਰ ਆ অলਮੋਸਟ ਕੰਪਲੀਟ ਹੋ ਜਾਊਗਾ ਇਹ ਟੈਂਟੇਟਿਵ ਡੇਸ ਦਿੱਤੀਆਂ ਆ ਬਹੁਤ ਵਧੀਆ ਚੀਜ਼ ਆ ਤੁਹਾਨੂੰ ਹੁਣ ਤੁਹਾਡੇ ਦਿਮਾਗ ਵਿੱਚ ਕਲੀਅਰ ਹੋਊਗਾ ਵੀ ਹਾਂ ਇਹ ਤੋਂ ਇਗਜ਼ਾਮ ਹੋਣੇ ਆ ਤੇ ਅਸੀਂ ਇਸ ਸਮੇਂ ਤਿਆਰੀ ਕਰਨੀ ਆ ਨਹੀਂ ਤਾਂ ਕੈਂਡੀਡੇਟਸ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਇਗਜ਼ਾਮ ਹੋਣੇ ਬੁਝਦੇ ਰਹਿੰਦੇ ਆ ਵੀ ਅਸੀਂ ਉਸ ਸਮੇਂ ਤਿਆਰੀ ਕਰੀਏ ਉਹਵੇਂ ਟੈਸਟ ਦਈਏ ਤਾਂ ਇਹ ਬਹੁਤ ਵਧੀਆ ਚੀਜ਼ ਆ ਤਾਂ ਜਿਹੜੇ ਕੈਂਡੀਡੇਟਸ ਇਸ ਵਾਰ ਜਿਨ੍ਹਾਂ ਨੇ ਤਿਆਰੀ ਤਾਂ ਬਹੁਤ ਵਧੀਆ ਕੀਤੀ ਸੀ ਪਰ ਐਨੀ ਹੌਕ ਕਿਸੇ ਵੀ ਗੱਲ ਕਰਕੇ ਉਹ ਐਗਜ਼ਾਮ ਨਹੀਂ ਕਲੀਅਰ ਕਰ पाए ਜਾਂ ਕਿਸੇ ਦਾ ਫਿਜ਼ੀਕਲ ਨਹੀਂ ਕਲੀਅਰ ਹੋਇਆ ਤਾਂ ਉਹਨਾਂ ਕੋਲੇ ਬਹੁਤ ਵਧੀਆ ਮੌਕਾ ਆ ਵੀ ਆਪਦੀ ਤਿਆਰੀ ਨੂੰ ਹੋਰ ਪੁਸ਼ ਕਰਕੇ ਇਸ ਵਾਰ ਭਰਤੀ ਹੋ ਸਕਦੇ ਆ ਆਪਦੀਆਂ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਸੀਗੀਆਂ ਉਹਨਾਂ ਤੋਂ ਸਿੱਖਿਓ ਗਲਤੀਆਂ ਨੂੰ ਦੇਖੋ ਵੀ ਆਹ ਆ ਗਲਤੀਆਂ ਕੀਤੀਆਂ ਤੇ ਕਿਉਂ ਹੋਈਆਂ ਤੇ ਉਹਨਾਂ ਨੂੰ ਓਵਰਕਮ ਕਰਕੇ ਇਸ ਵਾਰ ਭਰਤੀ ਹੋਣ ਦੀ ਕੋਸ਼ਿਸ਼ ਕਰਿਓ ਤੇ ਇਸ ਵੀਡੀਓ ਚੈਨਲ ਦੇ ਉੱਤੇ ਮੈਂ ਲਗਾਤਾਰ ਪਹਿਲਾ ਵੀਡੀਓਸ ਪਾਉਂਦਾ ਰਿਹਾ ਹਾਂ ਉਹਦੇ ਵਿੱਚ ਮੈਂ ਜੇ ਕਿਸੇ ਕੈਂਡੀਡੇਟ ਨੇ ਨਵੀਂ ਤਿਆਰੀ ਸ਼ੁਰੂ ਕਰਨੀ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਤਿਆਰੀ ਕਰੀਏ ਉਹ ਸਾਰੀ ਚੀਜ਼ਾਂ ਮੈਂ ਕਵਰ ਕਰਕੇ ਦੱਸੀਆਂ ਹੋਈਆਂ ਜੇ ਕਿਸੇ ਨੇ ਬੁੱਕਸ ਤੋਂ ਪੜ੍ਹਨਾ ਤਾਂ ਮੈਂ ਬੁੱਕਸ ਬਾਰੇ ਦੱਸਿਆ ਹੋਇਆ ਆ ਵੀਡੀਓਸ ਬਣਾਈਆਂ ਹੋਈਆਂ ਤਾਂ ਤੁਸੀਂ ਉਹ ਦੇਖ ਸਕਦੇ ਹੋ ਤੇ ਕਈ ਕੈਂਡੀਡੇਟਸ ਇਦਾਂ ਹੁੰਦੇ ਜਿਹੜੇ ਕਹਿੰਦੇ ਵੀ ਅਸੀਂ ਬੁੱਕਸ ਤੋਂ ਨਹੀਂ ਪੜ੍ਹਨਾ ਜਾਂ ਸਾਨੂੰ ਸਮਝ ਨਹੀਂ ਆ ਰਿਹਾ ਕਿੱਥੋਂ ਪੜੀਏ ਜਾਂ ਕਿਸੇ ਅਕੈਡਮੀ ਦਾ ਰੈਫਰੈਂਸ ਦੋ ਤਾਂ ਮੈਂ ਹਮੇਸ਼ਾ ਇੱਕੀ ਅਕੈਡਮੀ ਦਾ ਰੈਫਰੈਂਸ ਦਿੰਦਾ ਰਿਹਾ ਉਹ ਸੰ ਤੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਸਬ ਇੰਸਪੈਕਟਰ ਦੀਆਂ ਜਾਂ ਫਿਰ ਕਾਂਸਟੇਬਲ ਦੀਆਂ ਭਰਤੀਆਂ ਨੂੰ ਲੈ ਕੇ ਕਾਂਸਟੇਬਲ ਦੇ ਭਰਤੀ ਦੇ ਵਿੱਚ ਇਹਨਾਂ ਦੇ 80 ਕੈਂਡੀਡੇਟਸ ਦਾ ਰਿਟਰਨ ਐਗਜ਼ਾਮ ਕਲੀਅਰ ਹੋਇਆ ਸੀ ਸਬ ਇਨਸਪੈਕਟਰ ਦੇ ਵਿੱਚ ਇਹਨਾਂ ਦੇ 18 ਕੈਂਡੀਡੇਟਸ ਦਾ ਰਿਟਨ ਇਗਜ਼ਾਮ ਕਲੀਅਰ ਹੋਇਆ ਤੇ ਜੇਲ ਬਾਰਡਰ ਦੇ ਵਿੱਚ ਇਹਨਾਂ ਦੇ 24 ਜਾਂ 25 ਕੈਂਡੀਡੇਟਸ ਦਾ ਰਿਟਨ ਇਗਜ਼ਾਮ ਕਲੀਅਰ ਹੋਇਆ ਸੀਗਾ ਤੇ ਜੇ ਕੋਈ ਲੱਗਣਾ ਚਾਹੁੰਦਾ ਤਾਂ ਇਸ ਨੰਬਰ ਤੇ ਜਿਹੜਾ ਮੈਂ ਦੱਸਿਆ ਤੁਹਾਨੂੰ 7495037125 ਇਸ ਨੰਬਰ ਤੇ ਇਹਨਾਂ ਨੂੰ ਕਾਲ ਕਰਕੇ ਕੰਸਲਟ ਕਰ ਸਕਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਭਰਤੀ ਦੀ ਵੀ ਜਿਹੜੀ ਹੁਣ ਹਰ ਇੱਕ ਸਾਲ ਗਵਰਨਮੈਂਟ ਨੇ ਕਿਹਾ ਆ ਵੀ ਲਿਆ ਕਰਨਗੇ ਉਹਦੇ ਵਿੱਚ ਟੋਟਲ 710 ਪੋਸਟਾਂ ਪਟਵਾਰੀ ਦੀਆਂ ਜਿਹੜੀਆਂ ਹਰ ਸਾਲ ਆਇਆ ਕਰਨਗੀਆਂ 300 ਪੋਸਟ ਆ ਗੀਆਂ ਸਬ ਇੰਸਪੈਕਟਰ ਦੀਆਂ ਤੇ 1800 ਪੋਸਟਾਂ ਕਾਂਸਟੇਬਲ ਦੀਆਂ ਜਿਹੜੀਆਂ ਹਰ ਇੱਕ ਸਾਲ ਆਉਣਗੀਆਂ ਪਿਛਲੇ 2 ਸਾਲ ਦੇ ਟਾਈਮ ਪੀਰੀਅਡ ਵਿੱਚ ਮੈਂ ਕੈਂਡੀਡੇਟ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਸੀਗੀ ਉਹਨਾਂ ਨੂੰ ਮੈਸੇਜ ਦੇ ਥਰੂ ਵੀ ਮੈਨੂੰ ਟੈਕਸਟ ਕਰਦੇ ਸੀ ਤਾਂ ਮੈਂ ਰਿਪਲਾਈ ਕਰਦਾ ਰਿਹਾ ਤੇ ਉਹ ਮੈਨੂੰ ਟੈਲੀਗ੍ਰam ਤੇ ਚੈਨਲ ਆ ਸਬ ਇੰਸਪੈਕਟਰ ਪੀਪੀ ਉਹਦੇ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਉੱਤੇ ਲੇਟੈਸਟ ਅਪਡੇਟਸ ਵੀ ਪਾਉਂਦਾ ਰਹਿਣਾ ਮੈਂ ਜੋ ਕਿਸੇ ਭਰਤੀ ਦੇ ਰਿਗਾਰਡਿੰਗ ਆਉਂਦੇ ਆ ਤੇ ਪਿਛਲੇ ਪਰ ਕੁਝ ਟਾਈਮ ਤੋਂ ਮੈਂ ਕਿਸੇ ਵੀ ਕੈਂਡੀਡੇਟ ਨੂੰ ਰਿਪਲਾਈ ਨਹੀਂ ਕਰ ਪਾਇਆ ਕਿਉਂਕਿ ਜੋਬ ਵਿੱਚ ਥੋੜਾ ਜਿਹਾ ਬੀਜ਼ੀ ਸੀਗਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਮੈਨੂੰ ਟਾਈਮ ਮਿਲੂਗਾ ਤਾਂ ਮੈਂ ਜ਼ਰੂਰ ਰਿਪਲਾਈ ਕਰੂੰਗਾ ਤੁਸੀਂ ਉਹ ਗਰੁੱਪ ਜੁਆਇਨ ਕਰ ਸਕਦੇ ਹੋ ਤੇ ਉਹਦੇ ਆਨਰ ਦੇ ਵਿੱਚ ਮੇਰਾ ਨਾਮ ਹੈ ਮੈਨੂੰ ਪਰਸਨਲ ਮੈਸੇਜ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਡਾਊਟ ਹੈ ਕਿਸੇ ਚੀਜ਼ ਪ੍ਰੈਪਰੇਸ਼ਨ ਬਾਰੇ ਐਕਸ ਵਾਈ ਜ਼ेड ਕੋਈ ਵੀ ਡਾਊਟ ਹੈ ਤਿਆਰੀ ਨੂੰ ਲੈ ਕੇ ਤੇ ਉਮੀਦ ਕਰਦਾ ਵੀ ਇਸ ਵਾਰ ਜਿਹੜਾ ਹੁਣ ਰਿਕਰੂਟਮੈਂਟ ਆ ਰਹੀ ਆ 6 ਮਹੀਨੇ ਦਾ ਟਾਈਮ ਆ ਤੁਸੀਂ ਆਪਦਾ ਟਾਈਮ ਵੇਸ ਨਹੀਂ ਕਰੋਗੇ ਕਿਉਂਕਿ 6 ਮਹੀਨੇ ਵੀ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦੇ ਰੋ ਤਿਆਰੀ ਕਰਦਾ ਬੰਦਾ ਤਾਂ ਹਰ ਵਾਰੀ ਜਿਵੇਂ ਮੈਂ ਕਹਿੰਨਾ ਆ ਤਿਆਰੀ ਤੇ ਜਾਣ ਤੋਂ ਪਹਿਲਾਂ ਤੁਸੀਂ ਐਗਜ਼ਾਮ ਜ਼ਰੂਰ ਦੇਣੇ ਆ ਮੌਕ ਟੈਸਟ ਜਿਹਨੂੰ ਗੈਰ ਲੈਣੇ ਆ ਉਹ ਜ਼ਰੂਰ ਦੇ ਕੇ ਜਾਣੇ ਆ ਤੇ ਫੇਰ ਹੀ ਤੁਹਾਨੂੰ ਆਪਦੀ ਗਲਤੀਆਂ ਦਾ ਪਤਾ ਲੱਗਦਾ ਆ ਤਾਂ 올 ਦਾ ਵੈਰੀ ਬੈਸ ਸਾਰਿਆਂ ਨੂੰ ਤੇ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਹੀ ਸਾਰਿਆਂ ਦਾ ਫਸਲੇ ਗਾਲ